ਉਦਾਸੀਨ ਆਸ਼ਰਮ ਪਿੰਡ ਕੋਠਾਲਾ ਜ਼ਿਲ੍ਹਾ ਸੰਗਰੂਰ ਵਿਖੇ ਸੰਤ ਗੋਬਿੰਦਾ ਰਾਮ ਜੀ ਦੀ ਸਾਲਾਨਾ ਬਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਸੰਤ ਆਤਮਾ ਰਾਮ ਜੀ ਦੇਖ ਰੇਖ ਹੇਠ ਹੋਏ ਸਮਾਗਮ ਮੌਕੇ ਅਰੰਭੇ ਪਾਠਾਂ ਦੇ ਭੋਗ ਪਾਏ ਗਏ। ਸੰਤ ਜਸਦੇਵਾਨੰਦ ਜੀ ਨੇ ਲੰਬਾ ਸਮਾਂ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ। ਜਿਨ੍ਹਾਂ ਨੇ ਹਰ ਕਾ ਨਾਮ ਜਪਿਆ ਸਦਾ ਹੀ ਜਗਤ ਵਿੱਚ ਰਹਿਣੀਆਂ, ਜਿਨ੍ਹਾਂ ਨੇ ਹਰ ਕਾ ਨਾਮ ਜਪਿਆ ਪ੍ਰਸਿੱਧ ਕਵੀਸ਼ਰ ਭੀਮ ਮੌੜ ਦੇ ਜਥੇ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਸਾਰੇ ਰੁੱਖ ਰੁੱਖ ਦਿਲਾਂ ਦੇ ਤਰੰਗ ਲੈ, ਸ਼ਿਆਮ ਆਪਦੇ ਰੰਗਾਂ ਦੇ ਵਿੱਚ ਮੈਨੂੰ ਰੰਗ ਲੈ, ਆਪਦੇ ਰੰਗਾਂ ਦੇ ਵਿੱਚ ਮੈਨੂੰ ਰੰਗ ਲੈ। ਭਗਤ ਜਨਾਂ ਦੀ ਪਾਤ ਆਪ ਭਰਦਾ, ਪਾਤ ਆਪ ਭਰਦਾ, ਕੌਡੀ ਤੂੰ ਕਰੋੜ ਦਾ ਬਣਾ ਤਾ ਯਾਰਦਾ, ਤੈਂ ਬਣਾਇਆ ਯਾਰਦਾ। ਸ਼ਾਹੂਕਾਰ ਕੀਤਾ ਨਰਸੀ ਮਲੰਗ ਲੈ, ਸ਼ਾਹੂਕਾਰ ਕੀਤਾ ਨਰਸੀ ਮਲੰਗ ਲੈ, ਆਪਦੇ ਰੰਗਾਂ ਦੇ ਵਿੱਚ ਮੈਨੂੰ ਰੰਗ ਲੈ। ਇਸ ਮੌਕੇ ਮਹੰਤ ਰਾਮਦਾਸ ਜੀ ਜੌਲਾ, ਮਹੰਤ ਪ੍ਰੇਮਦਾਸ ਜੀ ਲੱਡਾ, ਮਹੰਤ ਗੋਪਾਲਗਿਰ ਜੀ ਕਲਸੀਆਂ, ਮਹੰਤ ਠਾਕੁਰਦਾਸ ਜੀ ਖੇੜੀ, ਮਹੰਤ ਭਿਰਗੂਦਾਸ ਜੀ ਮੋਮ, ਮਹੰਤ ਰੈਂਕਮੁਣੀ ਲੱਛਾਬੱਦੀ, ਮਹੰਤ ਸਵਰਨਦਾਸ ਜੀ ਮੋਮਨਾਬਾਦ, ਮਹੰਤ ਤਰਵੈਣੀਦਾਸ ਜੀ ਕੈਲੋਂ, ਮਹੰਤ ਮਿੱਠੂਦਾਸ ਜੀ ਚੱਕੂਆਣਾ ਅਤੇ ਮਹੰਤ ਗੋਪਾਲਦਾਸ ਜੀ ਹਥਨ ਵੀ ਪੁੱਜੇ ਹੋਏ ਸਨ। ਸਾਡੇ ਰਿਪੋਰਟਰ ਗੌਰਵਗਰ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਸੇਵਾਦਾਰ ਨਿਰਮਲ ਸਿੰਘ, ਇੰਦਰਜੀਤ ਸਿੰਘ, ਗੁਰਮੇਲ ਸਿੰਘ ਅਤੇ ਨਛੱਤਰ ਸਿੰਘ ਨੇ ਆਪਣੇ ਵਿਚਾਰ ਰੱਖੇ। ਡੇਰਾ ਕੁਟੀਆ ਸਾਹਿਬ ਵਿਖੇ ਸੰਤ ਗੋਬਿੰਦਾਨੰਦ ਜੀ ਦੀ ਸਾਲਾਨਾ ਬਰਸੀ ਮਨਾਉਂਦੇ ਹਾਂ ਜੀ। ਹਰ ਸਾਲ 12 ਕੱਤੇ ਵਾਲੇ ਦਿਨ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ। ਉਹਦੇ ਵਾਸਤੇ ਸੰਤਾਂ ਦਾ ਭੰਡਾਰਾ ਜੋ ਕੁਛ ਕਰਦੇ ਹਾਂ ਉਹਨਾਂ ਦੀ ਯਾਦ ਵਿੱਚ ਹਰ ਸਾਲ ਅਸੀਂ ਇਹ ਭੰਡਾਰਾ ਚਲਾਇਆ ਜਾਂਦਾ। ਤਾਂ ਇੱਥੇ ਆਉਣ 'ਤੇ ਬਹੁਤ ਬਹੁਤ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਹੈ। ਜਿਹੜਾ ਉਦਾਸੀਨ ਕੁਟੀਆ ਆਪਣਾ ਸਥਾਨ ਹੈ ਜੀ, ਇਹ ਬਹੁਤ ਪੁਰਾਤਨ ਹੈ। ਲਗਭਗ 100 ਸਾਲ ਤੋਂ ਸਮੇਂ ਚਿਤਾਨੰਦ ਜੀ ਮਹਾਰਾਜ ਜੀ ਨੇ ਇਸ ਕੁਟੀਆ ਦੀ ਸਥਾਪਨਾ ਕੀਤੀ ਸੀ। ਚਿਤਾਨੰਦ ਜੀ ਦੇ ਜੋ ਸਿੱਖ ਸੀ ਉਹ ਸਵਾਮੀ ਗੋਬਿੰਦਾਨੰਦ ਜੀ, ਜਿਨ੍ਹਾਂ ਦੀ ਯਾਦ ਵਿੱਚ ਅੱਜ ਅਸੀਂ ਸਮਾਗਮ ਰੱਖਿਆ। ਸਵਾਮੀ ਗੋਬਿੰਦਾਨੰਦ ਜੀ ਦੇ ਸਿੱਖ ਸਵਾਮੀ ਕੇਵਲਾਨੰਦ ਜੀ ਸਨ, ਸਵਾਮੀ ਕੇਵਲਾਨੰਦ ਜੀ ਦੇ ਸਿੱਖ ਸਨ ਸਵਾਮੀ ਮਾਧਵਨੰਦ ਅਤੇ ਸਵਾਮੀ ਆਤਮਾਨੰਦ ਜੀ ਜੋ ਗੱਦੀ ਨਸੀਨ ਨੇ ਅਤੇ ਸ੍ਰੀ ਮਹੰਤ ਜੀ ਨੇ। ਬੀਬੀਆਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੜ ਕੇ ਛਕਿਆ ਅਤੇ ਸਾਰੇ ਨਗਰ ਨਿਵਾਸੀਆਂ ਨੇ ਵੱਧ ਚੜ ਕੇ ਸੇਵਾ ਕੀਤੀ। ਅੰਤਰਯਾਮੀ ਸਭ ਕਾ ਸਵਾਮੀ, ਤੂੰ ਅੰਤਰਯਾਮੀ ਸਭ ਕਾ ਸਵਾਮੀ, ਤੇਰੇ ਚਰਣੋਂ ਮੇ ਚਾਰੋ ਨਾਮ ਹੇ ਰਾਮ ਹੇ ਰਾਮ ਹੇ ਰਾਮ ਹੇ ਰਾਮ। ਜਗਦਾਤਾ ਵਿਸ਼ਵ ਵਿਧਾਤਾ, ਤੂੰ ਹੀ ਜਗਦਾਤਾ।